ਰੰਗਰੇਟੇਵਰ ਓਲੀ ਅੱਜ ਸਮੁਲ-ਚਮੁਲ ਖੇਚ ਮਨਾਇਆ ਜਾਕਰ ਦੇ ਜੰਮੂ ਕਸ਼ਮੀਰ ਦੇ ਉਪਰਾਜਪਾਲ ਮਨੋਜ ਸਿਨਾਵਰੇ ਨੇ ਲੋਕਿੰਗੀ ਓਲੀ ਦੀਆਂ ਸ਼ੁਭਕਾਮਨਾ ਦਿੱਤੀਆਂ ਤੇ ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲਾ ਦਾਉ ਬਰੇ ਦੇ ਵਕਫੇ ਪ੍ਰੰਤ ਆਯੋਜਿਤ ਕਰਾਇਆ ਜਾ ਰਿਹਾ ਹੈ ਜੰਮੂ ਕਸ਼ਮੀਰ ਇਸ ਮੇਲੇ ਚ ਥੀਮ ਪਾਰਟਨਰ ਦੇ ਤੌਰ ਪਰ ਸ਼ਾਮਿਲ ਹੋਆ ਕਰਦਾ ਹੈ ਖ਼ਬਰ ਦੀ ਤਫ਼ਸੀਲ ਸਾਨੂੰ ਪਹਿਲੇ ਇਕ ਸਨੇਹਾ ਮੁਲਕ ਪਰ ਚ ਕੋਰੋਨਾ ਦੇ ਮਾਮਲੇ ਚ ਉਪਰੋਤਲੀ ਕਮੀ ਦਰਜ ਕੀਤੀ ਜਾ ਰਹੀ ਹੈ ਪਰ ਭੀ ਵੀ ਇਸ ਆਪਣੇ ਸ਼ਰੋਤਾਂ ਨੂੰ ਅਪੀਲ ਕਰਨੇ ਆ ਜੋ ਕੋਵਿਡ ਥਮਾ ਬਚਾ ਲਈ ਚਾਰ ਸਖਲ ਪਾਈ ਦੀ ਪਾਲਮਾ ਬਰਾਬਰ ਜਾਰੀ ਰੱਖਣ ਪੂਰੀ ਚਲੀ ਟਿਕਾਕਰਨ ਕਰਾਈ ਲਓ ਮੂੰਹ ਪਰ ਮਾਸਕ ਲਾਓ ਸਮਾਜੀ ਛਿੰਡੇ ਕੀਤੇ ਦੂਏ ਥਮਾ ਦੋ ਗੱਸ ਦੀ ਦੂਰੀ ਰੱਖੋ ਤੇ ਆਪਣੇ ਮੂੰਹ ਕੀ ਸਾਫ ਸੁਥਰਾ ਰੱਖਣੇ ਪਰ ਮੁੱਖ ਕਰੀਏ ਧਿਆਨ ਦਿਓ ਤੇ ਹਨ ਖਬਰਾਂ ਦੀ ਤਫਸੀਲ ਕਰਨੇ ਪੰਕਜ ਕੋਹਲੀ ਕੇਂਦਰੀ ਗ੍ਰੀ ਮੰਤਰੀ ਅਮਿਤ ਸ਼ਾਹ ਉਰ ਜੰਮੂ ਕਸ਼ਮੀਰ ਦੇ ਦਾਉਂਦਨੇ ਤੇ ਦੌਰੇ ਪਰ ਆਵਾ ਕਰਦਨ ਇਸ ਦੌਰਾਨ ਉਹ ਸੀਆਰਪੀਐਫ ਦੇ ਸਥਾਪਨਾ ਦਿਵਸ ਸਪ੍ਰੇਡ ਦੇ ਕਾਰਜਕ੍ਰਮ ਚ ਸ਼ਾਮਲ ਹੋਗਣ ਇਦੇ ਅਲਾਵਾ ਉਹ ਉੱਚ ਅਧਿਕਾਰੀਆਂ ਕੰਨੇ ਜੰਮੂ ਕਸ਼ਮੀਰ ਦੇ ਸੁਰੱਖਿਆ ਅਲਾਤਾ ਵੀ ਜਾਇਜ਼ਾ ਲੈਣਗਣ जानकारी मुताबक इस दौरान श्री सिंह और, और कार्यक्रम कार्यक्रमें भी हिस्सा ले सदन तोई केंद्रीय गृह मंत्री अमित शाह और नमी दिल्ली च एक कार्यक्रम दौरान आख्या भारत अपने सबै गी मुल्कें निग्गर कारोबारी ते सांस्कृतिक संबंध बनाई रखने दी तांग रखता है पर एदे एल सबने गुआंडी देशों एक दुए किर्ख प्रेम ते रमानदारी रोहने की जड़ है जम्मू कश्मीर तरक्की बामें कार्रवाइयों में बेशुमाराधा है ਜਿਸ ਕਰੀਏ ਜੰਮੂ ਕਸ਼ਮੀਰ ਦੀ ਮੁਲਖੇਚ ਬਿਹਤਰ ਕਾਰਗਰਦਗੀ ਦਾ ਸਨਿਆਲੇ ਰਾਜੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਬਰੋਬਰੀ ਚ ਰੱਖਿਆ ਗਿਆ ਹੈ ਇਹ ਕਾਰਨ ਹੈ ਜੇ ਨਾਸ਼ੜਾ ਜੰਮੂ ਕਸ਼ਮੀਰ ਸਗੂਆ ਬਾਰ ਵੀ ਇਸ ਸਕਾਰਾਤਮਕ ਬਦਲਾਅ ਪਰ ਲੋਕੇ ਨਿਯਮ ਬਿਹਤਰ ਪ੍ਰਤੀਕਿਰਿਆ ਦਿਵਾਰਦੀਆਂ ਜੰਮੂ ਕਸ਼ਮੀਰ ਚ ਰਾਸਪੂੰਜੀ ਲਾਣੇ ਵਾਲੇ ਦਾ ਬਸਾਪਰੋਸਾ ਤੇ ਇੱਛਾ ਭਵਿੱਖ ਲਈ ਇੱਕ ਸ਼ਾਨਦਾਰ ਸੰਕੇਤ ਹੈ ਟਕੋਦਾ ਕਰੀਏ ਜਿੰਦੇ ਕਾ ਸ਼ਰਾਸਪੂੰਜੀ ਹੈ ਤੇ ਉਹ ਨਿਵੇਸ਼ ਲਈ ਕੁਸੇ ਬਿਹਤਰ ਥਾਰ ਦੀ ਤਪਾਸ਼ ਕਰਾ ਕਰ ਦਿਨ ਉਪ ਰਾਜਪਾਲੰਦੇ ਸਲਾਹਕਾਰ ਰਾਜੀਵ ਰਾਏ ਬਟਨਾਗਰੋ ਨੇ ਕੈਪੈਕਸ ਬਜਟ 2021-22 ਤਹਿਤ ਅੱਥੇ ਚੱਲ ਰਹੀਆਂ ਪ੍ਰੋਜੈਕਟਾਂ ਦੇ ਕੰਮਾਂ ਦੀ ਸਮੀਖਿਆ ਕੀਤੀ ਕੌਸ਼ਲ ਵਿਕਾਸ ਸਮੈਕ ਵਿੱਚ ਦੀ ਕੱਲ ਸਿਵਲ ਸਚੂਵਾਲੇ ਅਚ ਲੱਗੀ ਦੀ ਇੱਕ ਬੈਠਕ ਦੀ ਪ੍ਰਧਾਨਤਾ ਕੀਤੀ ਸਲਾਹਕਾਰ ਕੋ ਰੰਗੀ ਜਾਣਕਾਰੀ ਦਿੱਤੀ ਗਈ ਜੇ ਕੈਪੈਕਸ ਬਜਟ ਦੀ ਕੁੱਲ ਮਨਜ਼ੂਰਸ਼ੁਦਾ ਰਕਮ 27.6 ਕਰੋੜ ਰੁਪਏ ਚ 23.81 ਕਰੋੜ ਰੁਪਏ ਬਕ ਬਕ ਪ੍ਰੋਜੈਕਟਾਂ ਯਾਸਤੇ ਜਾਰੀ ਕਰ ਦਿੱਤੇ ਗਏ ਤੇ 18 ਕਰੋੜ ਰੁਪਏ ਬਖ ਬਖ ਕੰਮ ਕਰਵਾਰ ਦੀਆਂ ਏਜੰਸੀਆਂ ਪਾਸਿਆ 59 ਕੀਤੇ ਗਏ ਸਰਕਾਰੀ ਪੋਲੀਟੈਕਨਿਕ ਇਟਾਈ ਇੰਚ ਸਿਵਲ ਕਮੇਂਗੀ ਤੋੜਚਾਣ ਯਾਸਤੇ ਖਰਚ ਕੀਤੇਗੇ ਇਸ ਸਚਾਲੀ ਕੇਂਦਰ ਸ਼ਾਸਿਤ ਪ੍ਰਦੇਸ਼ੀ ਚ ਨਵੇਂ ਪੋਲੀਟੈਕਨਿਕ ਇੰਦੀ ਸਥਾਪਨਾ ਦੇ ਸਰਬੰਦੇ ਚ ਬੈਠੇ ਕੇ ਚ ਦੱਸਿਆ ਗਿਆ ਜੇ ਕਮੇਂਾਸਤੇ 234 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਹੀ ਜਿੰਦੇ ਚ 190.72 ਕਰੋੜ ਰੁਪਏ ਜਾਰੀ ਕਰ ਦਿੱਤੇਗੇ ਤੇ 186 ਕਰੋੜ ਸਬੂਰੀ ਕੀਤੀ ਗਈਆਂ ਬਖ ਬਖ ਪ੍ਰਯੋਜਨਾਇਂ ਪਰ ਖਰਚ ਕੀਤੇਗੇ ਕਰੇ ਕੋਠੇ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਧਾਨ ਸਚਿਵ ਧੀਰਜ ਗੁਪਤਾ ਹੋ ਰਹੇ ਇੱਕ ਬੈਠਕ ਲਾਈਏ ਜੰਮੂ ਤੇ ਸ਼ਿਰੋਨਗਰ ਸ਼ਹਿਰੇ ਚ ਏਸੀ ਇਲੈਕਟ੍ਰਿਕ ਬਸਾਂ ਦੀ ਖੁਸ਼ਖਰੀਦ ਸੰਚਾਲਨ ਤੇ ਉਹਦੇ ਰੱਖ-ਰਖਾਵ ਦਾ ਜਾਇਜ਼ਾ ਲੈਤਾ ਜੰਮੂ ਦੇ ਸਿਵਲ ਸਚਿਵਾਲੇ ਚ ਲੱਗੀ ਦੀ ਬੈਠਕ ਚ ਪ੍ਰਧਾਨ ਸਚਿਵ ਹੋ ਰेंगी ਇਸ ਪੂਰੀ ਪ੍ਰਕਿਰਿਆ ਤੇ ਸਰਬੰਧੀ ਸਿਸਤੇ ਬਾਰੇ ਜਾਣਕਾਰੀ ਦਿੱਤੀ ਗਈ ਇਸ ਦੌਰਾਨ ਇਹ ਫੈਸਲਾ ਲਿਆਤਾ ਗਿਆ ਜੇ ਸਪੈਸ਼ਲ ਪਰਪਸ ਵਹੀਕਲ ਕਾਇਮ ਕੀਤੀਆਂ ਜਾਣਗਣ ਤਾਂ ਜੀ ਪੂਰੇ ਪ੍ਰੋਜੈਕਟ ਦੀ ਦਿਖੜੀ ਖੋਈ ਜਾ ਸਕੇ ਪ੍ਰਧਾਨ ਸਚੀਵ ਹੋ ਰਹੇ ਸ਼ਹਿਰ ਕਈ ਆਯਾਤ ਸਰਬੰਦੀ ਮੈਕਮੇ ਤੇ ਸ਼ਹਿਰ ਕਈ ਆਯਾਤ ਸਰਬੰਦੀ ਕਾਰਪੋਰੇਸ਼ਨ ਦੀ ਦੋਨੇ ਸ਼ਹਿਰਾਂ ਚ ਇਹਨੇ ਬਸਾਂ ਦੇ ਰੂਟ ਯਾਤਰੀਆਂ ਦਾ ਰਸਤੇ ਸਮੇਂ ਬਾਰੇ ਵਿਆਪਕ ਰਿਪੋਰਟ ਤਿਆਰ ਕਰਨ ਲਈ ਆਖਿਆ ਉਹਨੇ ਬਸਾਂ ਦੇ ਰੂਟ ਬਾਰੇ ਵੀ ਇੱਕ ਯੋਜਨਾ ਤਿਆਰ ਕਰਨ ਦੀ ਗੱਲ ਕੀਤੀ ਉਨਰ ਵਿਕਾਸ ਮੈਕਮੰਡੇ ਦੇ ਪ੍ਰਧਾਨ ਸਚਿਵ ਡਾਕਟਰ ਅਜ਼ਗਰ ਅਸਨ ਸਮੂਨੋਰੇ ਕੱਲ ਯੂਨੀਸੇਫ ਪਾਸਿਆ ਜੰਮੂ ਕਸ਼ਮੀਰ ਚ ਨੌਜਵਾਨੇ ਦੇ ਉਨਰ ਚ ਓਵਰ ਬਾਦਾ ਕਰਨੇ ਆਸਤੇ ਚਲਾਇਆ ਜਾ ਰ ਦੇ ਕਾਰਕਰਮ ਦੀ ਸਥਿਤੀ ਦਾ ਜਾਇਜ਼ਾ ਲੈਣੇ ਆਸਤੇ ਸਿਵਲ ਸਚਿਵਾਲੇ ਚ ਲੱਗੀ ਦੀ ਇੱਕ ਬੈਠਕ ਦੀ ਪ੍ਰਧਾਨਤਾ ਕੀਤੀ ਬੈਠਕ ਤੇ ਜਾਣਕਾਰੀ ਦਿੱਤੀ ਗਈ ਜੇ ਯੂਨੀਸੇਫ ਨੇ ਆਪਣੇ ਜੰਮੂ ਕਸ਼ਮੀਰ ਸਿਗੇਰਾ ਇਥੇ ਨੌਜਵਾਨੇ ਦੇ ਕੋਸ਼ਲ ਵਿਕਾਸ ਕਾਰਕਰਮ ਦੀ ਤਜਵੀਜ਼ ਕੀਤੀ ਹੈ ਮੀਟਿੰਗ ਚ ਇਹ ਵੀ ਦੱਸਿਆ ਗਿਆ ਜੇ ਜੰਮੂ ਕਸ਼ਮੀਰ ਚ ਯੁਵਾ ਕਾਰਜਕ੍ਰਮ ਦੀ ਕਾਮਯਾਬੀ ਕੇਤੇ ਤ੍ਰੈ ਪ੍ਰਮੁਖ ਸ਼ੀਰਸ਼ਕਾਂ ਜਿਹਾਂ ਕਿ 10 ਕਰੋੜ ਨੌਜਵਾਨਾਂ ਆਸਤੇ ਆਰਥਿਕ ਮੌਕੇ ਲਈ ਬੱਤ ਪਾਦਰੀ ਕਰਨਾ ਤੇ ਭਵਿੱਖ ਲਈ ਬਿਹਤਰ ਜੀਵਨ ਕੇਤੇ ਪ੍ਰਸੰਗਿਕ ਕੌਸ਼ਲ ਹਾਸਲ ਕਰਨ ਲਈ 20 ਕਰੋੜ ਜੁਵਾਏਗੀ ਮਹਾਰਾਣਾ ਸਖਲਾਈ ਦੇਣੇ ਪਰ ਟੁਕੋਦਾ ਧਿਆਨ ਕੇਂਦ੍ਰਿਤ ਕਰਾ ਕਰਦਾ ਹੈ ਭਾਰਤੀ ਆਜ਼ਾਦੀ ਦਾ 75ਵਾਂ ਮਬਰਾ ਸ਼ੁਰੂ ਹੋਣ ਦੇ ਸਿਲਸਿਲੇ 'ਚ ਆਕਾਸ਼ਵਾਣੀ ਜੰਮੂ ਦਾ ਖੇਤਰੀਏ ਸਮਾਚਾਰ ਇਕਾਂਸ਼ ਜੰਮੂ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਸਟੂਡੈਂਟਸ ਵੈਲਫੇਅਰ ਦੇ ਸਹਿਯੋਗ ਨਾਲ ਪੇਸ਼ ਕਰਾਇਆ ਕਰਦਾ ਹੈ ਵਿਸ਼ੇਸ਼ ਪ੍ਰਸ਼ਨੋਤਰੀ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਕੁਇਜ਼ ਇੰਡੀਆ ਐਟ 75 ਐਡੀਟਿਟ ਆਰ ਸੋਮਵਾਰ ਐਮਬਰਲੇ 9:20 ਵਜੇ ਦੇ ਡੋਗਰੀ ਬੁਲੇਟਿਨ 'ਚ ਇੱਕ ਸਵਾਲ ਪੁੱਛਿਆ ਜਾਂਦਾ ਹੈ ਜ ਜੇਦਾ ਜਵਾਬ ਸਾੜੇ ਸ਼੍ਰੋਤਾ ਇਸ ਈਮੇਲ ਐਡਰੈਸ india 75 ਕਿਊਜ਼ ਐਟ ਦ ਰੇਟ ਆਫ gmail.com ਪਰ ਭੇਜੀ ਸਕਦੇ ਨੇ ਜੇਤਵਿੰਦ ਦੀ ਤਾਲ ਪਰਚੀ ਰਾਇਂ ਕੀਤੀ ਜਾਂਦੀ ਤੇ ਹੁੰਦੇ ਨਾਂ ਦੀ ਕੋਸ਼ਨਾ ਅਗਲੇ ਰੋਜ਼ ਮੰਗਲਵਾਰਾਂ ਬੜਲੇਆਲੇ ਡੋਗਰੀ ਬੁਲਟਨ ਚ ਕੀਤੀ ਜਾਂਦੀ ਹੈ ਸ਼੍ਰੋਤਾں ਅੱਗੇ ਅਪੀਲ ਹੈ ਜੇ ਉਹ ਜਵਾਬ ਦੇ ਕਰਨੇ ਆਪਣਾ ਪੂਰਾ ਪਤਾ ਵੀ ਲਿਖੀ ਭੇਜਣ ਤਾਂ ਜੇ ਜੇਤੂਏਂਗੀ ਸਰਟੀਫਿਕੇਟ ਡਾਕ ਰਾਹੀਂ ਹੁੰਦੇ ਘਰੇ ਤੱਕਰ ਪਹੁੰਚਾਈ ਜਾ ਸਕਣ ਸ਼੍ਰੋਤਾں ਅੱਗੇ ਇਹ ਵੀ ਅਪੀਲ ਹੈ ਜੇ ਉਹ ਸਰਟੀਫਿਕੇਟ ਥੋਣੇ ਮਗਰਾ ਉਹਦੇ ਕਰਨੇ ਆਪਣੀ ਇੱਕ ਸੈਲਫੀ ਖਿੱਚੀਏ ਅਸਾਂਗੀ ਇਸੇ ਈਮੇਲ ਆਈਡੀ ਉੱਪਰ ਭੇਜਣ ਤਾਂ ਜੇ ਅਸ ਉਸੀ ਆਪਣੇ ਸੋਸ਼ਲ ਮੀਡੀਆ ਪਰ ਅਪਲੋਡ ਕਰੀ ਸਕਜੇ ਤੇ ਬਾਕੀ ਦੀਆਂ ਖਬਰਾਂ ਕਰਨੇ ਸ਼੍ਰੋਤੀ ਖਜੂਰੀਆ ਓਲੀ ਦਾ ਤਿਉਹਾਰ ਅੱਜ ਮੁਲਕ ਪਰਿਚ ਮਨਾਇਆ ਜਾ ਰਿਹਾ ਤੇ ਓਲੀ ਗੀ ਰੰਗੇ ਦਾ ਤਿਉਹਾਰ ਵੀ ਆਖਿਆ ਜਾਂਦਾ ਹੈ ਇਹ ਤਿਉਹਾਰ ਬੁਰਾਈ ਪਰ ਅੱਛਾਈ ਦੀ ਜਿੱਤ ਦਾ ਪ੍ਰਤੀਕ ਹੈ ਤੇ ਮੌਸਮ ਮਾਰ ਦੇ ਆਉਣ ਦਾ ਵੀ ਪ੍ਰਤੀਕ ਮੰਨਿਆ ਜਾਂਦਾ ਹੈ ਅੱਜ ਦੇ ਦਿਨ ਲੋਕ ਇੱਕ ਦੂਏ ਗੀ ਰੰਗ ਲੰਦਨ ਮੁਬਾਰਕ ਬਾਦ ਦਿੰਦਨ ਤੇ ਇੱਕ ਦੂਏ ਗੀ ਮਿਠਾਈਆਂ ਖਲੰਦਨ ਉਲੀ ਦਾ ਤਿਉਾਰ ਕੀ ਦਿਖ ਦਿਓ ਇਸੇ ਸਰਬੰਦੀ ਮਾਹਰੇ ਤੇ ਡਾਕਟਰ ਐਨ ਲੋਕਿੰਗ ਦੀ ਸਲਾਹ ਦਿੱਤੀ ਹੈ ਜੋ ਉਲੀ ਦਾ ਤਿਉਾਰ ਕੋਵਿਡ ਮਤਾਬਕ ਲੋਟ ਦਾ ਵਿਹਾਰ ਅਪਣਾਉਂਦੇ ਹੋਈ ਤੇ ਉਹਦੇ ਨਿਯਮੇ ਦੀ ਪਾਲਣਾ ਕਰਦੇ ਹੋਈ ਮਨਨ ਕੀਜਾ ਕਰੋਨਾ ਵਾਇਰਸ ਅਜੇ ਗਿਆ ਨਹੀਂ ਹੈ ਉਪ ਰਾਜਪਾਲ ਮਨੋਤ ਸਿਨੋਰੇ ਲੋਕਿੰਗ ਦੀ ਉਲੀ ਦੀਆਂ ਸ਼ੁਭ ਕਾਮਨਾ ਦਿੱਤੀਆਂ ਆਪਣੇ ਇੱਕ ਸਨੇ ਚ ਉਪ ਰਾਜਪਾਲ ਹੋ ਰਿਹਾ ਆਖਿਆ ਜੇ ਰੰਗੇ ਦਾ ਤਿਉਾਰ ਬਨਸ ਬਨਨ ਕਾ ਜੋ ਇਕਤਾ ਤੇ ਪਾਈਚਾਰਤਾ ਪ੍ਰਤੀਕ ਹੈ ਤੇ ਅਸੰਗੀ ਬਿਹਤਰ ਭਵਿਕ ਲਈ ਨਵੀਂ ਮਿਹਤ ਕਰਨੇ ਅੱਗੇ ਵਧਨੇ ਆਸਤੇ ਪ੍ਰੇਰਿਤ ਕਰਦਾ ਹੈ उमद जाहिर रंगे का यह पवित्र त्यौहार सबने लिए शांति त खुशहाली ले, ते ले ये अरावली रावली पहाड़ियों अंतरराष्ट्रीय सूरजगंड शिल्प मेला बई दो बरे वक्फे मगरा इस महीने की उन्नी तारीख सव सैलानियों की आमदी पूरी चाली तैयार है मेला दो बरे ले कोविड महामारी करी नहीं हो सकता हा इस कार्यक्रम च जम्मू कश्मीर मुख्य आकर्षण होगा कि जम्मू कश्मीर ए विषय भया के तौर पर शामिल हो रहा है ਇਹਦੇ ਚ ਜੰਮੂ ਕਸ਼ਮੀਰ ਦੀ ਕਲਾ ਸਭਿ ਸੰਸਕ੍ਰਿਤੀ ਖਾਨਪਾਨ ਦਾ ਪ੍ਰਦਰਸ਼ਨ ਕੀਤਾ ਜਾਗ ਸੈਲਸਫਤ ਤੇ ਸੰਸਕ੍ਰਿਤੀ ਸਚਿਵ ਸਰਮਦ ਹਫੀਜ਼ ਹੋਰੇ ਤਿਆਰੀਆਂ ਦਾ ਚਾਹੇ ਜ਼ਲਤਾ ਉਹਨੇ ਆਖਿਆ ਜਿ ਮੇਲੇ ਚ ਕਸ਼ਮੀਰੀ ਕਾਰ ਆਉਸਪੋਰਟ ਮੁਬਾਰਕ ਮੰਡੀ ਤੇ ਚਸ਼ਮੇ ਸ਼ਾਹੀ ਵਗਾਰਾ ਤੇ ਜੰਮੂ ਕਸ਼ਮੀਰ ਦੇ ਸ਼ਿਲਪੀ ਦਰਸ਼ਾਇਆ ਜਾਗ ਖਾਸ ਸੰਸਕ੍ਰਿਤਿਕ ਕਾਰਜਕਰਮ 2 ਮਾਰਚ ਤੇ 4 ਅਪ੍ਰੈਲ ਕੀਉਂਗਾ ਜੰਮੂ ਕਸ਼ਮੀਰ ਚ ਕੋਵਿਡ ਦੇ ਕੱਲ 12 ਮਾਮਲੇ ਸਾਹਮਣੇ ਆਏ ਇਹਨ ਦੇ ਚ 6 ਜੰਮੂ ਖੇਤ ਤੇ ਥਮਾ ਹੈ ਤੇ 6 ਕਸ਼ਮੀਰ ਖੇਤ ਤੇ ਥਮਾ कोविड सव्रस्त उन्नी हो मरीजों परंतु बल हो जाने अस्पताल ने थमा छुट्टी दे दी गई कोविड सव बचाव ले चाली हजार सौ टीके पिछले चौबी घंटे दौरान लाभार्थियों लाए गए अर्जे तकर केन्द्र शासित प्रदेश जम्मू कश्मीर च दो करोड़ सतारह लाख तिहत्तर हजार त्रै सौ चरानवे टीके लाभार्थियों लाए जा चुके दिन। कश्मीर घाटी च बिजबिहाड़ा थार कुड़िए दे सरकारी हायर सकेंड्री स्कूल जम्मू कश्मीर यूटी ग्यारहवीं टेनिस बॉल क्रिकेट प्रतियोगिता तो मुकाबले खेडे जा जम्मू कश्मीर टेनिस बॉल क्रिकेट एसोसिएशन पास जिला अनंतनाग टेनिस बॉल क्रिकेट एसोसिएशन दे सहयोग कयोजित दी इस प्रतियोगिता च केन्द्र शासित प्रदेश के सबने जिले दी टीमा हिस्सा लैरद प्रधानमंत्री नरेन्द्र मोदी और इस महीने की सताई तारीख की आकाशवाणी पर प्रसारित होने अपने कार्यक्रम मन की बात राय देश विदेश रौने आकें विचारांझा करगन प्रधानमंत्री अपने विचार सझा करने, एदे अपने विचार करने लिया लोक अपने विचार सुझाव माई गोव नमो ऐप या फी टोल फ्री नंबर एक अट्ठ सिफर सिफर एक, एक सत् अट्ठ सिफर सिफर पर सझा करी फोन लाइन पंजी मार्च तक खुली दी रौनं जम्मू कश्मीर ते से जमू च अ पर साफ रौगो घट तापमान सतारा डिग्री सेल्सियस दर्ज किया कि जल्ले कि बदोबद्द तापमान पंजी डिग्री दी की मद श्रीनगर च आम तौर पर मौसम साफ रौग पर दपहरी मगरा या संा आंशिक तौर पर बदल खनोद लेह च मौसम आम तौर पर साफ गिलगित च भी मौसम आम तौर पर साफ रौग मुजफ्फराबाद च गासे पर आंशिक तौर पर बदल दे रोंगन बरखा बरने या फी अंधी झड़ड़ झुलने की मदद ਤੇ ਖੀਰ ਵਿੱਚ ਖਾਸ ਖਾਸ ਖਬਰਾਂ ਇੱਕ ਵਾਰੀ ਪਰਤੀ ਹੈ ਕੇਂਦਰੀ ਗ੍ਰੀ ਮੰਤਰੀ ਅਮਿਤ ਸ਼ਾਹ ਔਰ ਜੰਮੂ ਕਸ਼ਮੀਰ ਦੇ ਆਪਣੇ ਦੌਰੇ ਦੌਰਾਨ ਇਥੋਂ ਦੇ ਸੁਰੱਖਿਆ ਲਾਤ ਤੇ ਮੌਜੂਦਾ ਸਥਿਤੀ ਦੀ ਸਮੀਖਿਆ ਕਰਨਗੇ ਨਵੇਂ ਵਿੱਤੀ ਆਦੇਸ਼ ਕਰਨੇ ਕੰਮਾਂ ਦੀ ਪੂਰਾ ਕਰਨੇ ਚ ਬਾਦਾ ਜੰਮੂ ਕਸ਼ਮੀਰ ਚ ਬਦਲਾਵ ਤੇਜ਼ੀ ਆ ਕਰਨੇ ਨਜ਼ਰੀ ਆਵਾ ਕਰਦਾ ਹੈ ਕਰੇ ਕੋਠੇ ਤੇ ਸ਼ਹਿਰੀ ਵਿਕਾਸ ਮਹਿਕਮੇ ਦੇ ਪ੍ਰਧਾਨ ਸਚਿਵ ਹੋ ਰਹੇ ਜੰਮੂ ਤੇ ਸ਼੍ਰੀਨਗਰ ਸ਼ਹਿਰਾਂ ਗਿੱਤੇ ਏਸੀ ਇਲੈਕਟ੍ਰਿਕ ਬੱਸਾਂ ਦੀ ਖਰੀਦ ਤੇ ਸੰਚਾਲਨ ਵਾਲੇ ਕੰਮਾਂ ਦੀ ਸਮੀਖਿਆ ਕੀਤੀ ਰੰਗੇਨ ਦਾ ਤਿਉਹਾਰ ਓਲੀ ਅੱਜ ਸਮੁੱਚੇ ਮੁਲਕ ਵਿੱਚ ਮਨਾਇਆ ਜਾ ਕਰਦਾ ਹੈ ਜੁਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸੀਨਾ ਹੋਰ ਨੇ ਲੋਕਾਂ ਨੂੰ ਈ ਓਲੀਆਂ ਸ਼ੁਭ ਕਾਮਨਾ ਦਿੱਤੀਆਂ ਤੇ ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲਾ ਦੌਂਬਰੇ ਦੇ ਵਕਫੇ ਪ੍ਰੰਤ ਆਯੋਜਿਤ ਕਰਵਾਇਆ ਜਾ ਕਰਦਾ ਹੈ ਜੁਮੂ ਕਸ਼ਮੀਰ ਇਸ ਮੇਲੇ ਚ ਥੀਮ ਪਾਰਟਨਰ ਦੇ ਤੌਰ 'ਤੇ ਸ਼ਾਮਲ ਹੋਆ ਕਰਦਾ ਹੈ ਇਸ ਦੇ ਕੰਨੇ ਗਏ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋਆ